ਸਤਿ ਸ਼੍ਰੀ ਅਕਾਲ, ਮੈਂ ਯਾਦਵਿੰਦਰ ਸਿੰਘ ਤੂਰ, ਸਵਾਗਤ ਹੈ ਤੁਹਾਡਾ ਫੇਮ ਪੰਜਾਬੀ ਚੈਨਲ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ, ਜੀ ਹਾਂ, ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਜਿੱਥੇ ਸਿੱਖ ਕੌਮ ਦੇ ਵਿੱਚ ਕਾਫੀ ਉਤਸ਼ਾਹ ਹੈ, ਕਾਫੀ ਲੰਮੇ ਸਮੇਂ ਤੋਂ ਉਸ ਦੀ ਮੰਗ ਉਠਾਈ ਜਾ ਰਹੀ ਸੀ ਕਿ ਉਹ ਕੋਰੀਡੋਰ ਖੋਲ੍ਹਿਆ ਜਾਵੇ ਤਾਂ ਜੋ ਸੰਗਤਾਂ ਉੱਥੇ ਜਾ ਕੇ ਨਤਮਸਤਕ ਹੋ ਸਕਣ। ਅਤੇ ਉਸ ਦੇ ਪਿੱਛੇ ਬਹੁਤ ਵੱਡੀ ਹਿਸਟਰੀ ਹੈ, ਜੋ ਸਿਆਸਤ ਹੁਣ ਭਖੀ ਹੈ ਉਸ ਦੇ ਪਿੱਛੇ ਜੋ ਵੀ ਗੱਲਾਂ ਨੇ ਉਹ ਅਸੀਂ ਅੱਜ ਸਾਡੇ ਨਾਲ ਜੋ ਮਹਿਮਾਨ ਨੇ ਸਾਡੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਦੋ ਮਹਿਮਾਨ ਮੌਜੂਦ ਨੇ, ਮੇਰੇ ਨਾਲ ਉਹ ਯੂਨਾਈਟਿਡ ਸਿੱਖ ਮਿਸ਼ਨ ਦੇ ਫਾਊਂਡਰ ਅਤੇ ਚੇਅਰਮੈਨ ਸਰਦਾਰ ਰਛਪਾਲ ਸਿੰਘ ਜੀ ਢੀਂਡਸਾ, ਜਿਨ੍ਹਾਂ ਦਾ ਯੋਗਦਾਨ ਕੀ ਹੈ ਉਹ ਤੁਹਾਨੂੰ ਇਹ ਆਪ ਖੁਦ ਦੱਸਣਗੇ, ਉਹਦੇ ਬਾਰੇ ਵੀ ਅਸੀਂ ਜਾਣੂ ਕਰਵਾਵਾਂਗੇ ਤੁਹਾਨੂੰ। ਅਤੇ ਸਾਡੇ ਨਾਲ ਦੂਜੇ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਜੀ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡੇ ਮਹਿਮਾਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਇਹ ਦੱਸੋ ਕਿ ਜੋ ਕਰਤਾਰਪੁਰ ਦਾ ਲਾਂਘਾ, ਕਿ ਤੁਹਾਡਾ ਇਸ ਦੇ ਪਿੱਛੇ ਕੀ ਯੋਗਦਾਨ ਜੀ? ਮੈਂ ਰਛਪਾਲ ਸਿੰਘ ਢੀਂਡਸਾ, ਚੇਅਰਮੈਨ ਜਨਰਲ ਸਿੱਖ ਮਿਸ਼ਨ। 2004 'ਚ ਅਸੀਂ ਰਿਵਰਸਾਈਡ ਤੋਂ ਜਥਾ ਲੈ ਕੇ ਗਏ ਸੀ ਪਾਕਿਸਤਾਨ ਜੀ। ਜਦੋਂ ਅਸੀਂ ਕਰਤਾਰਪੁਰ ਸਾਹਿਬ ਗਏ, ਕਿਉਂਕਿ ਕਰਤਾਰਪੁਰ ਸਾਹਿਬ ਜਾਣ ਨੂੰ ਇੱਕੋ ਦਿਨ ਲੱਗਦਾ, ਇੱਕੋ ਦਿਨ 'ਚ ਇੱਕ ਦਿਨ ਗੁਰਦੁਆਰਾ ਸਾਹਿਬ ਦੇਖ ਹੋ ਸਕਦੇ ਆ, ਕਿਉਂਕਿ ਕਾਫੀ ਦੂਰ ਪੈ ਜਾਂਦੇ ਉੱਥੋਂ। ਅਸੀਂ ਦਰਸ਼ਨ ਕਰਕੇ ਜਦੋਂ ਉੱਤੇ ਚੜ੍ਹੇ ਗੁਮਠੀਆਂ 'ਤੇ ਤਾਂ ਦੇਖਿਆ ਵੀ ਇੱਕ ਤਕਰੀਬਨ ਲਾਗੇ ਹੁੰਦੀ ਇੱਕ ਬਹੁਤ ਵੱਡੀ ਸਾਰੀ ਪਾਲ ਜਾ ਰਹੀ ਦਰੱਖਤਾਂ ਦੀ। ਜਦੋਂ ਆ ਕੇ ਉਹਨਾਂ ਨੇ ਥੱਲੇ ਪੁੱਛਿਆ ਵੀ ਇਹ ਪਾਲ ਐਡੀ ਵੱਡੀ ਕਿਸੇ ਫਾਰਮਰ ਦੀ ਤਾਂ ਹੋ ਨਹੀਂ ਸਕਦੀ, ਉਹ ਕਹਿੰਦੇ ਨਹੀਂ ਇਹ ਹਿੰਦੁਸਤਾਨ ਦਾ ਬਾਰਡਰ ਆ, ਕਿਉਂ ਮੈਨੂੰ ਉਸ ਬਾਰੇ ਉਸ ਟਾਈਮ 'ਤੇ ਕੋਈ ਨੌਲੇਜ ਨਹੀਂ ਸੀ ਵੀ ਸਾਡਾ ਬਾਰਡਰ ਕਿੱਥੇ ਹੈਗਾ। ਅਰਦਾਸ ਕੀਤੀ ਬਾਪੂ ਵੀ ਜੇ ਐਡੀ ਕੁ ਦੂਰ ਤੋਂ ਵੀ ਲੋਕ ਨਹੀਂ ਆ ਸਕਦੇ ਫਿਰ ਸਾਡੀ ਸੋਚ ਤੋਂ ਬਾਅਦ ਦੀ ਗੱਲ ਹੈ। ਅਸੀਂ ਆਏ ਇੱਥੇ, ਸਾਨੂੰ ਕੋਈ ਪਤਾ ਨਹੀਂ ਸੀ ਵੀ ਅਸੀਂ ਇਹ ਰਸਤੇ ਬਾਰੇ ਕੀ ਕੰਮ ਕਰਨਾ। ਅਸੀਂ ਮੁੜ ਕੇ ਚਲ ਗਏ ਅਮਰੀਕਾ 'ਚ, ਉੱਥੇ ਜਾ ਕੇ ਫਿਰ ਅਸੀਂ ਕੁਛ ਪਤਵੰਤੀ ਸੱਜਣਾਂ ਦੀ ਸਲਾਹ ਲਈ। ਤਕਰੀਬਨ 450 ਤੋਂ ਉੱਪਰ ਗੁਰਦੁਆਰਾ ਸਾਹਿਬ ਜਿਹੜੇ ਵਰਲਡਵਾਈਡ ਹੈਗੇ ਆ, ਉਹਨਾਂ ਸਾਰਿਆਂ ਨੂੰ ਇੱਕ ਲੈਟਰ ਸਾਈਨ ਕੈਂਪੇਨ ਲੈਟਰ ਲਿਖੇ ਵੀ ਤੁਸੀਂ ਇਹਦੇ ਬਾਰੇ ਦੱਸੋ ਆਪਾਂ ਕੀ ਕਰ ਸਕਦੇ। ਬਹੁਤ ਘੱਟ ਲੋਕਾਂ ਦਾ ਜਵਾਬ ਆਇਆ, ਜਿੱਦਾਂ ਸਾਡੀ ਪੰਜਾਬੀਆਂ ਦੀ ਭਾਵਨਾ ਹੀ ਹੈ ਕੀ ਲੋੜ ਆ। ਖਾਸ ਜਿਹੜਾ ਜਵਾਬ ਆਇਆ ਉਹ ਕਿੰਨੀਆਂ ਤੋਂ ਬਹੁਤ ਉਤਸ਼ਾਹ ਆਇਆ, ਉਹਨੇ ਕਿਹਾ ਵੀ ਨਹੀਂ ਜੋ ਹੋਊਗਾ ਅਸੀਂ ਨਾਲ ਹੈਗੇ। ਚਲੋ ਉਹਦੇ ਨਾਲ ਅਸੀਂ ਤੁਰ ਕੇ ਫਿਰ ਅਸੀਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਨੇ ਪੱਤਰ ਵਿਹਾਰ ਸ਼ੁਰੂ ਕੀਤਾ। 2009 ਦੇ ਵਿੱਚ ਅਸੀਂ ਫਿਰ ਡਾਕਟਰ ਆਪਣੇ ਜੌਨ ਮਕਡੋਨਲਡ ਯੂ ਐਨ ਦੇ ਜਿਹੜੇ ਫਾਰਮਰ ਅੰਬੈਸਡਰ ਸੀ ਉਹਨਾਂ ਨਾਲ ਰਾਬਤਾ ਕੀਤਾ। ਉਹਨਾਂ ਨੇ ਇਸ ਤੋਂ ਪਹਿਲਾਂ ਦੋ ਕੋਰੀਡੋਰ ਆ ਰਹੇ ਉਹ ਚਲਾ ਚੁੱਕੇ, ਕੋਰੀਡੋਰ ਨਹੀਂ, ਇੱਕ ਜਿਹੜੀ ਤੁਰਕੀ ਤੋਂ ਇਰਾਨ ਨੂੰ ਜਾਂ ਇਰਾਕ ਨੂੰ ਕੋਈ ਗੱਡੀ ਜਾ ਰਹੀ ਜਿਹੜੀ 25 ਸਾਲ ਤੋਂ ਬੰਦ ਸੀ ਉਹ ਨਹੀਂ ਚਲਾਈ। ਕਸ਼ਮੀਰ ਵਾਸਤੇ ਉਹਨਾਂ ਦਾ ਬਹੁਤ ਵੱਡਾ ਹਿੱਸਾ ਰਿਹਾ। ਉਹ ਕਹਿੰਦਾ ਵੀ ਇਹ ਮੁਸ਼ਕਲ ਤਾਂ ਹੋ ਸਕਦਾ ਪਰ ਨਾਮੁਮਕਿਨ ਨਹੀਂ। ਅਸੀਂ 2009 'ਚ ਉਹਨਾਂ ਨੂੰ ਅਸੀਂ ਰਿਵਰਸਾਈਡ ਛੱਡਿਆ ਆਪਣੇ ਐਲਏ ਦੇ ਵਿੱਚ। ਉੱਥੋਂ ਕਾਫੀ ਸੱਜਣ ਸਾਡੇ ਗੁਰਚਰਨ ਸਿੰਘ ਜੀ ਵਰਲਡ ਬੈਂਕ, ਅਮਰ ਸਿੰਘ ਜੀ ਮੱਲੀ ਆਏ ਨਾਲ। ਇੱਥੋਂ ਅਸੀਂ ਪੂਰਾ ਗਰੁੱਪ ਇਕੱਠੇ ਕਰਕੇ ਇੱਕ ਮੀਟਿੰਗ ਕੀਤੀ ਵੀ ਇਹ ਕਿਸ ਤਰੀਕੇ ਨਾਲ ਹੋ ਸਕਦਾ। ਉਹਨੇ ਆਪਣਾ ਸੇਵਾਵਾਂ ਦੱਸੀਆਂ ਵੀ ਅਸੀਂ ਇੰਨੀ ਸਾਡੀ ਕੋਸਟ ਲੱਗੂਗੀ ਅਤੇ ਅਸੀਂ ਇਹਨੂੰ ਦੋਨਾਂ ਗੌਰਮੈਂਟਾਂ 'ਚ ਪੁੱਟ ਅਪ ਕਰਾਂਗੇ। ਨਾਲ ਉਹਨੇ ਕਿਹਾ ਵੀ ਚਲੋ ਜੇ ਇੱਕ ਕਰਤਾਰਪੁਰ ਸਾਹਿਬ ਮਾਰਗ ਤੁਹਾਡੇ ਲਈ ਠੀਕ ਆ ਪਰ ਅਸੀਂ ਇਹਦਾ ਨਾਂ ਸਾਊਥ ਏਸ਼ੀਅਨ ਪੀਸ ਕੋਰੀਡੋਰ ਰੱਖਣਾ ਚਾਹੁੰਦੇ ਹਾਂ, ਵੀ ਜੇ ਕਿਤੇ ਰਸਤਾ ਖੋਲ੍ਹੇ ਤਾਂ ਘੱਟੋ ਘੱਟ ਸਾਊਥ ਏਸ਼ੀਆ ਦਾ ਪੀਸ ਕੋਰੀਡੋਰ ਬਣੇਗਾ। ਉਹਦੇ ਨਾਲ ਫਿਰ ਅਸੀਂ ਉਹਨਾਂ ਨੇ ਆਪਣੇ ਸਰਦਾਰ ਸੁਰਿੰਦਰ ਸਿੰਘ ਜੀ ਆਰਕੀਟੈਕਚਰ ਹੈਗੇ ਆ ਵਾਸ਼ਿੰਗਟਨ ਤੋਂ, ਉਹ ਪਰਮਿਸ਼ਨ ਲੈ ਕੇ ਪਾਕਿਸਤਾਨ ਗਏ, ਉੱਥੋਂ ਨਹੀਂ ਸਰਵੇ ਕੀਤਾ। ਇੱਧਰੋਂ ਹਿੰਦੁਸਤਾਨ 'ਚ ਜਦੋਂ ਆਏ ਸਰਵੇ ਕਰਕੇ ਇਹ ਬੁੱਕਲੈਟ ਤਿਆਰ ਕੀਤੀ ਗਈ ਵੀ ਇਹਦੇ ਵਿੱਚ ਕਿੰਨੀਆਂ ਰੋਡਾਂ ਬਣਨੀਆਂ ਚਾਹੀਦੀਆਂ, ਪੁਲ ਕਿੰਨੀ ਦੂਰ ਹੋਣੇ ਚਾਹੀਦੇ ਆ, ਸੜਕਾਂ ਦਾ ਵੇਸ ਕੀ ਹੋਣਾ ਚਾਹੀਦਾ, ਉਹਨਾਂ ਦੀ ਥਿਕਨੈਸ ਕੀ ਹੋਣੀ ਚਾਹੀਦੀ ਆ, ਕੋਸਟ ਵਾਈਜ਼ ਕਿੰਨੇ ਹੋਣੇ ਚਾਹੀਦੇ, ਉਹ ਸਾਰਾ ਕਰਕੇ ਨੀਂਹ ਵਿੱਚ ਲੱਗ ਕੇ ਅਤੇ ਅਸੀਂ
2010 ਦੇ ਵਿੱਚ ਇਹ 11-10 ਐਂਡ 'ਤੇ ਬਣੀ ਆ। 2010 'ਚ ਅਸੀਂ ਜੈਨੇਟਿਕ ਮਿਸ਼ਨ ਦੀ ਆਪਣੇ ਵਿਧਾਨ ਸਭਾ ਤੋਂ ਪਰਮਿਸ਼ਨ ਲੈ ਕੇ ਅਸੀਂ ਉੱਥੇ ਗਏ ਸੀ। ਮੈਂ ਨਹੀਂ ਗਿਆ, ਮੈਂ ਹੋਰ ਕਿਤੇ ਕੰਮ ਗਿਆ ਸੀ। ਗੁਰਬਚਨ ਸਿੰਘ ਅਤੇ ਅਮਰ ਸਿੰਘ ਮੱਲੀ ਹੁਣੀ ਗਏ ਸੀ ਉੱਥੇ। ਉਸ ਤੋਂ ਪਹਿਲਾਂ ਉਹਨੇ ਆਪਣੇ ਕਾਲੋ ਸਾਹਿਬ ਜਿਹੜੇ ਡਿਪਟੀ ਸਪੀਕਰ ਹੁੰਦੇ ਸੀ ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਵੀ ਅਸੀਂ ਮਤਾ ਰੱਖਾਂਗੇ, ਕਿਸ ਤਰ੍ਹਾਂ ਲਾ ਲਓ ਮਤਾ, ਇਹ ਬਾਲ ਸਾਹਿਬ ਨੇ ਆਪ ਰੱਖਿਆ, ਕੈਪਟਨ ਸਾਹਿਬ ਅਤੇ ਬੀ ਜੇ ਪੀ ਨੇ ਯੂਨੈਨਿਮਸਲੀ ਪਾਸ ਕੀਤਾ ਉਸ ਟਾਈਮ। ਇਹ 2010 ਦੇ ਵਿੱਚ ਕੀਤਾ, ਅਕਤੂਬਰ 2010। ਹਾਂਜੀ, ਅਤੇ ਉਹਦੇ ਨਾਲ ਫਿਰ ਅਸੀਂ ਉਸ ਤੋਂ ਬਾਅਦ ਦਿੱਲੀ ਗਏ। ਮੈਂ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਰੋਕਦਾ, ਮੈਂ ਤਾਪਚਾ ਜਿਹੜਾ ਹੈ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਢੀਂਡਸਾ ਸਾਹਿਬ ਦੇ ਉਪਰਾਲੇ ਦੇ ਨਾਲ ਜਿਹੜਾ ਹੈ ਇਹ ਪੂਰੇ ਦਾ ਪੂਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਜੋ ਯੂਨਾਈਟਿਡ ਸਿੱਖ ਮਿਸ਼ਨ ਨੇ ਸਰਵੇ ਕੀਤਾ ਔਰ ਇਹਦਾ ਬਕਾਇਦਾ ਬਜਟ ਤਿਆਰ ਕੀਤਾ ਵੀ ਇਹਦੇ ਕਿੰਨੇ ਕਿੰਨੇ ਕੁ ਪੈਸੇ ਲੱਗਣਗੇ, ਇਹ ਕਿਤਾਬਚਾ ਜਿਹੜਾ ਇਹਨਾਂ ਨੇ ਉਦੋਂ ਰਿਲੀਜ਼ ਕੀਤਾ ਸੀਗਾ। ਇਹ 2010 ਦੇ ਵਿੱਚ ਹੈ ਜੀ, ਤੁਸੀਂ 2011 'ਚ 2011 ਦੇ ਵਿੱਚ ਇਹ ਸਿਰਫ ਦਰਸ਼ਕਾਂ ਨੂੰ ਦੱਸਣ ਵਾਸਤੇ ਉਹਨਾਂ ਦੀ ਜਾਣਕਾਰੀ। ਮੈਂ ਸਭ ਨਾਲੋਂ ਪਹਿਲਾਂ ਇਹ ਗੱਲ ਕਰਨੀ ਚਾਹਾਂਗਾ ਕਿ ਇੱਕ ਨਾਮ ਪੰਜਾਬ ਦੀ ਸਿਆਸਤ ਦੇ ਵਿੱਚੋਂ ਜ਼ਿਆਦਾ ਉੱਠਦਾ, ਇੱਕ ਨਾਮ ਵੀ ਸਾਰਾ ਕ੍ਰੈਡਿਟ ਵਾਰ ਜੇ ਆਪਾਂ ਰਾਜੂ ਜੀ ਉਸ ਦੀ ਗੱਲ ਕਰ ਲਈਏ ਤਾਂ ਤੁਹਾਡਾ ਉਸ ਦੇ ਉੱਤੇ ਕੀ ਟਿੱਪਣੀ ਹੋਏਗੀ? ਕ੍ਰੈਡਿਟ ਵਾਰ ਹੁੰਦੀ ਉਦੋਂ ਸ਼ੁਰੂ ਜਦੋਂ ਤੁਹਾਡਾ ਕੋਈ ਰਾਜਨੀਤਿਕ ਮਫਾਦ ਹੋਵੇ, ਤੁਹਾਡਾ ਇੰਟਰਸਟ ਹੋਵੇ। ਮੈਨੂੰ ਇਹ ਲੱਗਦਾ ਸਾਰਿਆਂ ਤੋਂ ਪਹਿਲਾਂ ਵੀ ਜੇ ਕ੍ਰੈਡਿਟ ਜਾਣਾ ਵੀ ਚਾਹੀਦਾ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਬਈ ਇਹ ਕਿਸੇ ਇੱਕ ਧਿਰ ਦਾ ਉਹ ਨਹੀਂ ਆ, ਮਤਲਬ ਵੀ ਉਹ ਕਹੀਏ ਕਿ ਵੀ ਉਹਨਾਂ ਨੇ ਕਰਤਾ, ਇਸ ਪਾਰਟੀ ਨੇ ਕਰਤਾ ਜਾਂ ਇਸ ਸਰਕਾਰ ਨੇ ਕਰ ਦਿੱਤਾ ਜਾਂ ਇਸ ਬੰਦੇ ਨੇ ਕਰ ਦਿੱਤਾ। ਤਾਂ ਮੇਰਾ ਖਿਆਲ ਹੈ ਵੀ ਜੇ ਆਪਾਂ ਦੁਨਿਆਵੀ ਨੁਕਤਾ ਨਜ਼ਰ ਤੋਂ ਦੇਖੀਏ ਤਾਂ ਇਹ ਕ੍ਰੈਡਿਟ ਤਾਂ ਯੂਨਾਈਟਿਡ ਸਿੱਖ ਮਿਸ਼ਨ ਨੂੰ ਜਾਣਾ ਚਾਹੀਦਾ। ਜਿਵੇਂ ਮੈਂ ਹੁਣੇ ਦੱਸ ਰਿਹਾ ਸੀਗਾ ਕਿ ਵੀ 2011 ਦੇ ਵਿੱਚ ਇਹਨਾਂ ਨੇ ਉਹਦਾ ਸਾਰਾ ਖਾਕਾ ਤਿਆਰ ਕਰ ਲਿਆ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ, ਤਾਂ ਇਹ ਇਸ ਦੇ ਲਈ ਧੰਨਵਾਦ ਦਾ ਪਾਤਰ ਨੇ। ਅਤੇ ਮੇਰਾ ਖਿਆਲ ਹੈ ਕਿ ਆਪਾਂ ਦੁਬਾਰਾ ਜਦੋਂ ਕ੍ਰੈਡਿਟ ਵਾਰ ਦੀ ਅਸੀਂ ਗੱਲ ਕੀਤੀ ਸੀ ਤਾਂ ਫਿਰ ਕ੍ਰੈਡਿਟ ਤਾਂ ਫਿਰ ਇਹੋ ਜਿਹੀਆਂ ਸੰਸਥਾਵਾਂ ਨੂੰ ਮਿਲਣਾ ਚਾਹੀਦਾ। ਇਹ ਇਸੇ ਕਰਕੇ ਮੈਂ ਕਹਿੰਦਾ ਕਿ ਇਹ ਜਿਹੜਾ ਇਹ ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਇਹ ਪਹਿਲ ਕੀਤੀ, ਠੀਕ ਹੈ ਜੀ, ਔਰ ਉਹਦੇ ਲਈ ਆਪਾਂ ਕਹਿੰਦੇ ਹੈਗੇ ਕਿ ਜੀ ਪਾਕਿਸਤਾਨ ਸਰਕਾਰ ਨੇ ਇਹ ਕੀਤਾ, ਠੀਕ ਹੈ, ਉਸ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਵੀ ਨਾਲ ਦੀ ਨਾਲ ਇਹਨੂੰ ਕਰ ਦਿੱਤਾ, ਠੀਕ ਹੈ ਜੀ। ਤਾਂ ਮੇਰਾ ਖਿਆਲ ਹੈ ਵੀ ਕ੍ਰੈਡਿਟ ਜੇ ਮਿਲਣਾ ਚਾਹੀਦਾ ਹੈਗਾ, ਜਿਹੜਾ ਕਿ ਮੰਗਿਆ ਨਹੀਂ ਇਹਨਾਂ ਨੇ ਕ੍ਰੈਡਿਟ, ਕ੍ਰੈਡਿਟ ਹੁੰਦਾ ਸਿਹਰਾ ਉਹ ਹੁੰਦਾ ਜਿਹੜਾ ਮੰਗਿਆ ਨਾ ਜਾਵੇ, ਜਿਹੜਾ ਦਿੱਤਾ ਜਾਵੇ। ਰਾਜੂ ਮੈਂ ਵਿੱਚ ਤੁਹਾਨੂੰ ਟੋਕੂੰਗਾ, ਹਾਲਾਂਕਿ ਤੁਸੀਂ ਗੱਲ ਬਿਲਕੁਲ ਸਹੀ ਕਹੀ ਆ ਕਿ ਜੋ ਸਿੱਖ ਸੰਗਤ ਹੈ, ਸਿੱਖ ਸੰਗਤ ਇਸ ਚੀਜ਼ ਦਾ ਕ੍ਰੈਡਿਟ ਨਹੀਂ ਮੰਗ ਰਹੀ, ਜੋ ਇਸ ਜਿਹੀਆਂ ਸ਼ਖਸੀਅਤਾਂ ਨੇ ਜੋ ਅੱਜ ਸਾਡੇ ਨਾਲ ਇਸ ਮੌਜੂਦ ਨੇ ਯੂਨਾਈਟਿਡ ਸਿੱਖ ਮਿਸ਼ਨ, ਮਤਲਬ ਇਹਨਾਂ ਦੇ ਨਾਲ ਮੈਂ ਇੱਕ ਹੋਰ ਵੀ ਜੋੜ ਦੇਵਾਂ ਕਿ ਵੀ ਬਹੁਤ ਪੁਰਾਣੇ ਅਕਾਲੀ ਲੀਡਰ ਸੀਗੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜਿਹੜੇ ਹੈਗੇ ਹੈ ਨਾ, ਉਹ ਇਕੱਲਿਆਂ ਨੇ ਹੀ ਇਹ ਕੀਤਾ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਹੋ ਜਿਹੀਆਂ ਸ਼ਖਸੀਅਤਾਂ ਆਉਣਗੀਆਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪਰ ਜਿਨ੍ਹਾਂ ਦਾ ਨਾਂ ਮਤਲਬ ਵੀ ਨਹੀਂ ਉਭਾਰਿਆ ਨਹੀਂ ਗਿਆ। ਅਤੇ ਇਹ ਮੈਂ ਕਹਿ ਰਿਹਾ, ਇਸ ਲਈ ਗੱਲ ਮੈਂ ਕਿਉਂ ਕਹਿ ਰਿਹਾ ਕ੍ਰੈਡਿਟ ਵਾਰ ਦੇ ਹਵਾਲੇ ਦੇ ਨਾਲ, ਇਸ ਕਰਕੇ ਕਹਿ ਰਿਹਾ ਕਿ ਬਈ ਜਿਹੜਾ ਕ੍ਰੈਡਿਟ ਹੈਗਾ ਜਿੱਥੇ ਡਿਊ ਸੀਗਾ ਉੱਥੇ ਇਹਨਾਂ ਨੂੰ ਦੇਣਾ ਚਾਹੀਦਾ ਸੀਗਾ, ਜਿਹੜੇ ਹੁਣ ਰੌਲਾ ਪਾ ਰਹੇ ਹੈ ਕਿ ਜੀ ਅਸੀਂ ਕੀਤਾ ਜਾਂ ਉਹਨਾਂ ਨੇ ਕੀਤਾ ਜਾਂ ਦੂਜੇ ਕ੍ਰੈਡਿਟ। ਇੱਕ ਹੋਰ ਮਜ਼ੇਦਾਰ ਗੱਲ ਮੈਂ ਦੱਸਦਾ ਕਿ ਇਹ ਆਈ ਹੈ ਕਿ ਬਈ ਜਦੋਂ ਦਾ ਇਹ ਹੋਇਆ ਕਰਤਾਰਪੁਰ ਲਾਂਘਾ ਜਿਹੜਾ ਇੱਕ ਸੱਚਾਈ ਬਣਦਾ ਦਿਸਣ ਲੱਗ ਪਿਆ, ਉਦੋਂ ਦੂਜੇ ਨੂੰ ਕ੍ਰੈਡਿਟ ਨਾ ਮਿਲੇ, ਯੁੱਧ ਇਸ ਗੱਲ ਦਾ ਹੋ ਰਿਹਾ ਵੀ ਦੂਜੇ ਨੂੰ ਨਾ ਮਿਲੇ, ਕੋਈ ਇਹ ਨਹੀਂ ਕਹਿ ਰਿਹਾ ਵੀ ਸਾਨੂੰ ਮਿਲੇ, ਦੂਜਾ ਕਹਿ ਰਿਹਾ ਵੀ ਇਹਨੂੰ ਨਾ ਮਿਲੇ, ਔਰ ਉਹਨੂੰ ਸਿਆਸਤ ਦੇ ਐਂਗਲ ਤੋਂ ਜਿਹੜਾ ਹੈਗਾ ਦੂਜੇ ਨੂੰ ਨਕਾਰਿਆ ਜਾ ਰਿਹਾ ਹੈਗਾ, ਬਹਾਨੇ ਕੋਈ ਇੱਧਰ ਉੱਧਰ ਦੇ ਬਣਾ ਕੇ।
ਬਹੁਤ ਅੱਛੀ ਗੱਲਾਂ ਜੋ ਕਹੀਆਂ ਰਾਜੂ ਜੀ ਤੁਸੀਂ। ਅੱਛਾ ਇੱਕ ਤੁਹਾਡੇ ਤੋਂ ਹੀ ਮੇਰਾ ਇੱਕ ਹੋਰ ਸਵਾਲ ਹੈ ਕਿ ਜੋ ਕ੍ਰੈਡਿਟ ਵਾਰ ਦੀ ਗੱਲਾਂ ਚੱਲ ਰਹੀਆਂ ਨੇ ਕਿ ਕ੍ਰੈਡਿਟ ਵਾਰ ਹੈ, ਜੇ ਆਪਾਂ ਸਿੱਧੇ ਹੀ ਹੋ ਜਾਈਏ ਕਿ ਜੋ ਇਮਰਾਨ ਸਰਕਾਰ ਹੈ ਕਿ ਉਸਨੇ ਦੋਸਤੀ ਦੇ ਨਾਤੇ ਚੀਜ਼ ਕੀਤੀ ਆ, ਕਿਉਂਕਿ ਸਿੱਧੂ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਨੇ ਕਿ ਕ੍ਰਿਕਟ ਜਿੱਤੀ ਹੈ ਔਰ ਹਰੇਕ ਪਾਸੇ ਹੀ ਆ ਕੇ ਸਿਆਸਤ ਹਾਰ ਗਈ। ਇੱਦਾਂ ਹੈ ਗੱਲ, ਦੇਖੋ ਇੱਦਾਂ ਯਾਦਵਿੰਦਰ ਜੀ, ਵੀ ਆਪਾਂ ਸ਼ੁਰੂ ਤੋਂ ਗੱਲ ਕਰੀਏ, ਕਿਉਂਕਿ ਜਿੱਥੋਂ ਸ਼ੁਰੂਆਤ ਸਹੀ ਹੋਵੇ ਨਾ ਤਾਂ ਫਿਰ ਨਤੀਜੇ 'ਤੇ ਵੀ ਤੁਸੀਂ ਸਹੀ ਪਹੁੰਚਦੇ ਹੋ, ਠੀਕ ਹੈ। ਲੇਕਿਨ ਇਸ ਸਾਰੀ ਇੱਕ ਰੌਲੇ ਗੋਲੇ ਦੇ ਵਿੱਚ ਉਹ ਜਿਹੜੀ ਅਸਲੀ ਗੱਲ ਸੀਗੀ, ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਵੀ ਇੱਕ ਉਹ ਫੈਕਟ ਹੈ, ਇੱਕ ਤੱਥ ਹੈ, ਵੀ ਉਹਨੂੰ ਕੋਈ ਗੱਲ ਨਹੀਂ ਕਰ ਰਿਹਾ ਹੈਗਾ, ਉਹਦੇ ਹਵਾਲੇ ਨਾਲ ਨਹੀਂ ਕੋਈ ਗੱਲ ਕਰ ਰਿਹਾ, ਇਸੇ ਕਰਕੇ ਉਹ ਅਸੀਂ ਗਲਤ ਨਤੀਜਿਆਂ 'ਤੇ ਪਹੁੰਚ ਰਹੇ ਹਾਂ। ਦੇਖਣ ਵਾਲੀ ਗੱਲ ਹੈ ਇਹ ਮਾਮਲਾ ਕਿੱਥੋਂ ਸ਼ੁਰੂ ਹੋਇਆ। ਇਮਰਾਨ ਖਾਨ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਸਹੁੰ ਚੁੱਕ ਸਮਾਗਮ ਦੇ ਲਈ ਨਿਉਤਾ ਭੇਜਿਆ। ਨਵਜੋਤ ਸਿੰਘ ਸਿੱਧੂ ਉੱਥੇ ਗਏ, ਫੌਜੀ ਮੁਖੀ ਹੈ ਜਿਹੜੇ ਆ ਉਹਨੂੰ ਇਹਨਾਂ ਨੇ ਜੱਫੀ ਪਾਈ, ਤਾਂ ਸਿੱਧੂ ਨੇ ਕੀ ਕਿਹਾ ਕਿ ਜੀ ਮੇਰੇ ਤੋਂ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ 'ਤੇ ਵਿਚਾਰ ਕਰ ਰਹੇ ਹਾਂ, ਸੋਚ ਰਹੇ ਹਾਂ, ਤਾਂ ਇੱਕ ਸਿੱਖ ਦੇ ਤੌਰ 'ਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਮੈਂ ਭਾਵਨਾ ਦੇ ਵਿੱਚ ਇੰਨਾ ਬਹਿ ਗਿਆ ਕਿ ਮੈਂ ਉਹਨੂੰ ਜੱਫੀ ਪਾ ਲਈ। ਉਹਨਾਂ ਨੇ ਕਿਹਾ ਵੀ ਇਹ ਸਾਡੇ ਪੰਜਾਬੀ ਕਲਚਰ 'ਚ ਵੀ ਹੈ ਵੀ ਜਦੋਂ ਤੁਸੀਂ ਬਹੁਤ ਖੁਸ਼ ਹੋ ਨਾ ਮਿਲਦੇ ਹੋ ਕਿ ਇਹਨੂੰ ਤਾਂ ਜੱਫੀ ਪਾਉਂਦੇ ਹੈਗੇ, ਠੀਕ ਹੈ, ਮੈਂ ਜੱਫੀ ਪਾ ਲਈ। ਪੂਰੀ ਦੁਨੀਆ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਖਬਰ ਕਮਰਜਵੇਦ ਬਾਜਵੇ ਨੇ ਨਹੀਂ ਦਿੱਤੀ, ਨਵਜੋਤ ਸਿੰਘ ਸਿੱਧੂ ਨੇ ਦਿੱਤੀ ਹੈ, ਅਤੇ ਅਸੀਂ ਉਹਦੇ 'ਤੇ ਵਿਸ਼ਵਾਸ ਕੀਤਾ। ਤੁਹਾਡੇ ਕਹਿਣ ਦਾ ਭਾਵ ਹੈ ਮੈਂ ਕਿ ਜੋ ਆਰਮੀ ਚੀਫ ਹੈ ਪਾਕਿਸਤਾਨ ਦਾ, ਕਿ ਉਸਨੇ ਇਹ ਪਹਿਲਕਦਮੀ ਕੀਤੀ ਹੈ? ਉਸ ਬਿਲਕੁਲ, ਦੇਖੋ ਸਵਾਲ ਇਹ ਹੈ ਕਿ ਜਦੋਂ ਸਹੁੰ ਚੁੱਕ ਸਮਾਗਮ ਸੀ, ਹਜੇ ਇਮਰਾਨ ਖਾਨ ਨੇ ਸਹੁੰ ਚੁੱਕੀ ਨਹੀਂ ਸੀ, ਉਸ ਸਮਾਗਮ ਦੇ ਵਿੱਚ ਪਹਿਲਾਂ ਹੀ ਉਹ ਜਨਰਲ ਬਾਜਵਾ ਆਏ ਅਤੇ ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਕੀਤੀ। ਸਿੱਧੂ ਮੁਤਾਬਕ ਸਿੱਧੂ, ਕਿਉਂਕਿ ਹੋਰ ਕੋਈ ਸੋਰਸ ਹੀ ਹੈ ਨਹੀਂ ਸਾਡੇ ਕੋਲ, ਕੋਈ ਸੋਰਸ ਨਹੀਂ ਗਾ, ਸਿੱਧੂ ਦੇ ਮੁਤਾਬਕ, ਬਿਲਕੁਲ ਢੀਡ ਸਾਹਿਬ ਸਹੀ ਗੱਲ ਗਈ ਕਿ ਨਵਜੋਤ ਸਿੰਘ ਸਿੱਧੂ ਦੇ ਮੁਤਾਬਕ ਵੀ ਉਹਨਾਂ ਨੇ ਇਹ ਕਿਹਾ, ਠੀਕ ਹੈ ਜੀ। ਤਾਂ ਤੁਸੀਂ ਦੇਖੋ ਵੀ ਇਮਰਾਨ ਖਾਨ ਹਜੇ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ ਨਹੀਂ ਬਣਿਆ ਜਦੋਂ ਤੱਕ ਸਹੁੰ ਨਹੀਂ ਚੁੱਕੀ, ਉਸ ਤੋਂ ਪਹਿਲਾਂ ਹੀ ਪਾਕਿਸਤਾਨ ਦੀ ਫੌਜ ਦਾ ਮੁਖੀ ਇੱਕ ਇਹੋ ਜਿਹੇ ਮੁੱਦੇ ਬਾਰੇ ਇਨਕਸ਼ਾਫ ਕਰਦਾ ਜਿਹਦੇ 'ਚ ਦੋਨਾਂ ਦੇਸ਼ਾਂ ਦੇ ਆਪਸੀ ਸੰਬੰਧ ਜਿਹੜੇ ਹੈਗੇ ਹੈ ਉਹ ਸ਼ਾਮਲ ਨੇ ਉਹਦੇ 'ਚ, ਠੀਕ ਹੈ ਜੀ। ਔਰ ਇੱਕ ਅਹਿਮ ਇੱਕ ਨੀਤੀਗਤ ਫੈਸਲਾ ਸੀਗਾ ਜਿਹੜਾ ਕਿ ਆਉਣਾ ਤਾਂ ਚਾਹੀਦਾ ਸੀਗਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ, ਮਤਲਬ ਵੀ ਸਰਕਾਰ ਕਰਦੀ ਹੈਗੀ, ਕਿਉਂਕਿ ਇਹ ਦੋਹਾਂ ਦੇਸ਼ਾਂ ਦੇ ਵਿਚਾਲੇ ਦਾ ਮੁੱਦਾ ਹੈਗਾ, ਤਾਂ ਕਰਨਾ ਤਾਂ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਨੂੰ, ਲੇਕਿਨ ਕਰ ਦਿੱਤਾ ਉਹਨੇ ਕਮਰਜੀਤ ਬਾਜਵੇ ਨੇ। ਅਤੇ ਇਹ ਵਿਚਾਰ ਜੇ ਇਮਰਾਨ ਖਾਨ ਸਾਹਿਬ ਨਹੀਂ ਸੀਗੇ ਤਾਂ ਉਸ ਵੇਲੇ ਉਦੋਂ ਪਹਿਲਾਂ ਤੋਂ ਇਹ ਗੱਲ ਚੱਲ ਰਹੀ ਸੀਗੀ, ਇਹਦਾ ਮਤਲਬ ਤਾਂ ਇਹੀ ਹੈ ਨਾ, ਠੀਕ ਹੈ। ਅਤੇ ਕਮਰਜੀਤ ਬਾਜਵਾ ਜੀ ਨੇ ਇਹਦਾ ਇੰਤਜ਼ਾਰ ਨਹੀਂ ਕੀਤਾ ਪ੍ਰਧਾਨ ਮੰਤਰੀ, ਕੀ ਕਮਰਜੀਤ ਬਾਜਵਾ ਆਪ ਸਿਹਰਾ ਲੈਣਾ ਚਾਹੁੰਦੇ ਸੀਗੇ, ਜਾਂ ਉਹਨਾਂ ਨੇ ਇਹ ਜਿਹੜਾ ਹੈ ਇਹ ਇਹਨਾਂ ਦੀ ਗੱਲ ਤੋਂ ਇਹ ਪਤਾ ਲੱਗਦਾ ਹੈ, ਸਾਫ਼ ਹੁੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਇਹ ਸਰਕਾਰ ਨਹੀਂ, ਸਿਵਲੀਅਨ ਗੌਰਮੈਂਟ ਨਹੀਂ, ਇਹ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਹੈ ਜਿਹੜੀ ਹੈਗੀ ਹੈ, ਪਾਕਿਸਤਾਨ ਦੀ ਫੌਜ ਹੈ ਜਿਹੜੀ ਕਿ ਆਪਸੀ ਦੋ ਦੇਸ਼ਾਂ ਦੇ ਵਿਚਾਲੇ ਜਿਹੜੇ ਮਸਲੇ ਨੇ, ਮਾਮਲੇ ਨੇ, ਮੁੱਦੇ ਨੇ, ਉਹਨਾਂ ਦੇ ਉੱਤੇ ਉਹ ਓਪੀਨੀਅਨ ਰੱਖਦੀ ਹੈ ਅਤੇ ਉਹਨਾਂ ਦੀ ਅਨਾਊਂਸਮੈਂਟ, ਐਲਾਨ ਵੀ ਉਹ ਕਰਦੀ ਹੈਗੀ ਹੈ। ਇੱਥੇ ਆ ਕੇ ਜਿਹੜਾ ਹੈਗਾ ਇਸ ਗੱਲ ਦੀ ਬੂ ਮਿਲਦੀ ਹੈ ਵੀ ਇਹਦੇ ਪਿੱਛੇ ਇਹ ਨਰੋਲ ਕੋਈ ਉਹ ਪਿਓਰਲੀ ਰਾਜਨੀਤਿਕ ਫੈਸਲਾ ਨਹੀਂ ਸੀਗਾ, ਇਹਦੇ ਪਿੱਛੇ ਪਾਕਿਸਤਾਨ ਦੀ ਜਿਹੜੀ ਆਰਮੀ ਹੈਗੀ, ਮਿਲਟਰੀ ਇਸਟੈਬਲਿਸ਼ਮੈਂਟ ਹੈ, ਉਹਦੀ ਕੋਈ ਨਾ ਕੋਈ ਸਟ੍ਰੈਟਜੀ ਜਿਹੜੀ ਹੈਗੀ ਉਹਦੀ, ਇਹ ਕਿਵੇਂ ਇਹ ਆਪਸੀ
ਜੋ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਕਹਿ ਚੁੱਕੇ ਹਾਂ ਕਿ ਭਾਵਨਾ ਹੋ ਗਈ ਜਾਂ ਸਿਆਸਤ ਹੋ ਗਈ। ਦੇਖੋ ਮਸਲਾ ਬੇਸਿਕਲੀ ਕੀ ਹੈ, ਸਾਰੇ ਜੀ ਮਸਲੇ ਨੂੰ ਕਹੀਏ, ਢੀਂਡਸਾ ਸਾਹਿਬ ਸਹਿਮਤ ਹੋਣਗੇ, ਇਹ ਸਾਰੇ ਮਸਲੇ ਨੂੰ ਦੇਖੀਏ ਤਾਂ ਇਹਦੇ ਨਾ ਦੋ ਪਹਿਲੂ ਹੈ। ਇੱਕ ਤਾਂ ਹੈਗਾ ਆਸਥਾ ਅਤੇ ਸ਼ਰਧਾ ਦਾ, ਜਿਹੜਾ ਬੇਸਿਕ ਹੈ, ਜਿਹੜਾ ਸਭ ਤੋਂ ਮਹੱਤਵਪੂਰਨ ਹੈ, ਅਤੇ ਦੂਸਰਾ ਪਹਿਲੂ ਹੈ ਜਿਹੜਾ ਰਾਜਨੀਤੀ। ਹੁਣ ਅਸੀਂ ਕੀ ਦੇਖ ਰਹੇ ਹਾਂ, ਜਦੋਂ ਦਾ ਐਲਾਨ ਹੋਇਆ ਤਾਂ ਪੂਰੇ ਸਿੱਖ ਜਗਤ, ਨਾ ਸਿਰਫ ਸਿੱਖ ਜਗਤ ਬਲਕਿ ਪੂਰੇ ਨਾਨਕ ਨਾਮ ਲੇਵਾ ਦੇ ਵਿੱਚ ਸਭ ਲੋਕ ਆਉਂਦੇ ਹੈਗੇ, ਇੱਕ ਐਡੀ ਜ਼ਬਰਦਸਤ ਇੱਕ ਖੁਸ਼ੀ ਦੀ ਲਹਿਰ ਜਿਹੜੀ ਉਹ ਦੌੜੀ ਹੈਗੀ ਹੈ ਕਿ ਨਾ ਸਿਰਫ ਪੰਜਾਬ, ਹਿੰਦੁਸਤਾਨ, ਪਾਕਿਸਤਾਨ ਬਲਕਿ ਬਾਕੀ ਦੀ ਦੁਨੀਆ 'ਚ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਜਾਂ ਪੰਜਾਬੀ ਰਹਿੰਦੇ ਆ ਉਹਨਾਂ ਵਾਸਤੇ ਇੱਕ ਬਹੁਤ ਮਤਲਬ ਵੀ ਖੁਸ਼ੀ, ਕਿਉਂਕਿ ਇੱਕ ਬੜੀ ਚਿਰੋਕਣੀ ਮੰਗ ਸੀਗੀ, ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਦੂਜੇ ਪਾਸੇ ਹੋ ਗਏ ਕਿ ਜਦੋਂ ਇਹ ਹੋਇਆ ਸ਼ਰਧਾ, ਉਹ ਜਿਹੜੇ ਲੋਕ ਨੇ ਢੀਂਡਸਾ ਸਾਹਿਬ ਵਰਗੇ ਲੋਕ ਨੇ, ਇਹ ਲੋਕ ਤਾਂ ਉਹ ਜਿਹੜਾ ਸ਼ਰਧਾ ਅਤੇ ਆਸਥਾ ਵਾਲੀ ਕੈਟੇਗਰੀ 'ਚ ਆਉਂਦੇ ਆ, ਇਹਨਾਂ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਜਿਹੜੇ ਪਾਕਿਸਤਾਨ ਦੇ ਪੈਦਾ ਹੋਣ ਤੋਂ ਲੈ ਕੇ ਜਿਹੜੇ ਸੰਬੰਧ ਹੈ ਉਹਨਾਂ ਦੇ ਇਤਿਹਾਸ 'ਤੇ ਰੌਸ਼ਨੀ ਜੇ ਆਪਾਂ ਉਹਦੇ ਦੇ ਪਾਈਏ, ਚਾਨਣਾ ਪਾਈਏ, ਤਾਂ ਮਤਲਬ ਵੀ ਇਹ ਗੱਲ ਜਿਹੜੀ ਹੈਗੀ ਹੈ, ਇਸ ਤੋਂ ਮਤਲਬ ਵੀ ਰਾਜਨੀਤੀ ਨੂੰ ਆਪਾਂ ਕਹੀਏ ਇਹਦੇ 'ਚ ਇੱਕਦਮ ਹੀ ਖਤਮ ਹੋ ਗਈ। ਅਚਾਨਕ ਇੱਕ ਹਿਰਦੇ ਪਰਿਵਰਤਨ ਹੋ ਗਿਆ ਪਾਕਿਸਤਾਨ ਦੇ ਵਿੱਚ ਕਿ ਜੀ ਇਮਰਾਨ ਖਾਨ ਜਾਂ ਪਾਕਿਸਤਾਨ ਦੀ ਮਿਲਟਰੀ ਜੀ ਬਦਲ ਗਈ, ਉਹਨਾਂ ਨੇ ਸਭ ਕੁਝ ਹਿੰਦੁਸਤਾਨ ਪ੍ਰਤੀ ਉਹਨਾਂ ਦਾ ਬੜਾ ਇੱਕ ਸੁਹਿਰਦਤਾ ਪੈਦਾ ਹੋ ਗਈ। ਇਹ ਗੱਲ ਹਜਮ ਹੋਣ ਵਾਲੀ ਨਹੀਂ ਹੈਗੀ। ਰਾਜੂ ਜੀ, ਆਪਾਂ ਸਿਆਸਤ ਦੀ ਗੱਲ ਢੀਂਡਸਾ ਸਾਹਿਬ ਆਪਾਂ ਪਰੇ ਰੱਖ ਕੇ ਗੱਲ ਕਰੀਏ, ਕਿਉਂਕਿ ਹੁਣੇ ਆਪਾਂ ਗੱਲ ਕਰੀਏ ਕਿ ਇੱਕ ਪਾਕਿਸਤਾਨ ਦਾ ਆਰਮੀ ਚੀਫ ਉਹ ਮੂੰਹ ਦੇ ਵਿੱਚ ਬੋਲ ਪਾ ਰਿਹਾ ਸਿੱਧੂ ਦੇ ਮੁਤਾਬਕ, ਨਵਜੋਤ ਸਿੰਘ ਸਿੱਧੂ ਦੇ ਮੁਤਾਬਕ। ਅਤੇ ਚਲੋ ਨਵਜੋਤ ਸਿੰਘ ਸਿੱਧੂ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਭਾਰਤ ਦੇ ਵਿੱਚ, ਉਹਨਾਂ ਨੇ ਇਹ ਗੱਲਾਂ ਕਹੀਆਂ ਜੱਫੀ ਵਿਵਾਦ ਦੇ ਉੱਤੇ ਜੋ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ। ਉਸ ਤੋਂ ਬਾਅਦ ਸਿੱਖ ਕੌਮ ਇੱਕ, ਰਾਜੂ ਜੀ ਆਪਾਂ ਕਹਿ ਸਕਦੇ ਹਾਂ, ਕੋਈ ਦੋ ਰਾਏ ਨਹੀਂ ਹੋ ਗਏ ਕਿ ਪੱਬਾਂ ਪਾਰ ਹੋ ਗਏ ਕਿ ਅਸੀਂ ਹੋਣਾ ਵੀ ਜ਼ਰੂਰੀ ਹੈ, ਹੋਣਾ ਹੈ ਵੀ। ਅਤੇ ਸਭ ਨਾਲੋਂ ਵੱਡੀ ਗੱਲ ਜੋ ਯੂਨਾਈਟਿਡ ਸਿੱਖ ਮਿਸ਼ਨ ਦਾ ਇੱਕ ਪੁਰਾਣਾ ਲੰਬਾ ਰੋਲ ਰਿਹਾ ਹੈ ਕਿ ਇਸ ਦੇ ਵਿੱਚ ਜੋ ਸਾਰਾ ਤੁਸੀਂ ਰੋਡ ਮੈਪ ਤਿਆਰ ਕਰੀ ਫਿਰਦੇ ਸੀ, ਤੁਹਾਡਾ ਪਹਿਲਾ ਪ੍ਰਤੀਕਰਮ ਕੀ ਸੀ? ਅਸੀਂ ਜੀ ਤਕਰੀਬਨ 27 ਤਰੀਕ ਨੂੰ ਪਿਛਲੇ ਮਹੀਨੇ ਦੇ ਅਸੀਂ ਵਾਸ਼ਿੰਗਟਨ DC ਸੀਗੇ, ਅੰਬੈਸਡਰ ਸਾਹਿਬ ਨੂੰ ਸਾਡੀ ਮੀਟਿੰਗ ਸੀ, ਉਹ ਕਿਸੇ ਕਾਰਨ ਨਹੀਂ ਮਿਲ ਸਕੇ, ਅਤੇ ਡਿਪਟੀ CM ਸਾਹਿਬ ਉਹ ਜਿਹੜੇ ਡਿਪਟੀ ਚੀਫ ਆਫ ਮਿਸ਼ਨ ਭਾਰਤੀ ਜਿਹੜਾ ਅੰਬੈਸੀ ਦੇ, ਉਹਨਾਂ ਨੂੰ ਅਸੀਂ ਮੈਮੋਰੈਂਡਮ ਦੇ ਕੇ ਆਏ ਸੀਗੇ ਭਾਈ ਵੀ ਹੁਣ ਸਮਾਂ ਆ, 550 ਸਾਲ ਆ ਰਿਹਾ, ਵੀ ਤੁਸੀਂ ਇਹਦੇ ਬਾਰੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਲਿਖੋ। ਤਕਰੀਬਨ ਜਿੰਨੇ ਸਾਡੇ ਹਿੰਦੁਸਤਾਨ ਦੇ MPs 540 ਕੁਛ ਹੈਗੇ ਆ, ਉਹਨਾਂ ਸਾਰਿਆਂ ਨੂੰ ਇਹ ਬੁਕਲੈਟ ਭੇਜੀ ਕੀਤੀ। PM ਹਾਊਸ ਗਈ, ਉਹਨਾਂ ਨੇ ਸਾਡੇ ਜਿਹੜੇ ਦਿੱਲੀ 'ਚ ਭਵਿੰਦਰ ਸਿੰਘ ਹੁਣੀ ਬੈਠੇ, ਉਹਨਾਂ ਨੂੰ ਫੋਨ ਆਇਆ ਵੀ ਤੁਸੀਂ ਅਮਿਤ ਸ਼ਾਹ ਹੁਣਾਂ ਨਾਲ ਗੱਲ ਕਰੋ ਇਹਦੇ ਬਾਰੇ, BJP ਦੇ ਪ੍ਰਧਾਨ ਜਿਹੜੇ। ਹਾਂਜੀ ਹਾਂਜੀ, ਉਹਨਾਂ ਨਾਲ ਗੱਲ ਕਰੋ। ਅਜੇ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ। ਜਿੱਦਣ ਮੈਂ 23 ਤਰੀਕ ਨੂੰ ਇੱਥੇ ਉਤਰਦਾ, ਉੱਦਣ ਮੈਨੂੰ ਸਵੇਰੇ ਮਾਸਟਰਾਂ ਦਾ ਫੋਨ ਆ, ਵਧਾਈਆਂ ਜੀ, ਕਹਿੰਦੇ ਵੀ ਰਸਤੇ ਦੀ ਗੱਲ ਹੋ ਗਈ ਹੈ। ਚਲੋ, ਸਾਡਾ ਕੰਮ ਸੀ ਇੱਥੇ ਤੱਕ, ਅਸੀਂ ਸ਼ੁਕਰੀਆ ਕੀਤਾ, ਸ਼ਾਂਤ ਹੋ ਗਏ। ਬਾਕੀ ਰਹਿ ਗਈ ਗੱਲ ਪੇ 2010 ਦੇ ਵਿੱਚ ਅਸੀਂ ਨਵਾਸ਼ੀ ਸਾਹਿਬ ਨੂੰ, ਗਲਾਨੀ ਸਾਹਿਬ ਨੂੰ, ਜਰਦਾਰੀ ਸਾਹਿਬ ਨੂੰ, ਦੋਨੇ ਪੰਜਾਬ ਦੇ CM ਜਦੋਂ ਹੋ ਚੁੱਕੇ, ਉਹਨਾਂ ਸਾਰਿਆਂ ਨੂੰ ਅਸੀਂ ਉਦੋਂ ਲੈਟਰਾਂ ਪਾਈਆਂ, ਭਾਈ ਵੀ ਆਹ ਮੁੱਦਾ ਆ, ਸਮਾਂ ਆਉਣ ਵਾਲਾ, ਤੁਸੀਂ ਇਹਦੇ ਬਾਰੇ ਵਿਚਾਰ ਕਰੋ। ਕੋਈ ਜਿਹੜੀ ਗੱਲ ਹੁਣ ਕਹਿ ਰਹੇ ਨਾ ਜਨਰਲ ਸਾਹਿਬ, ਐਕਚੁਅਲੀ ਉਸੇ ਕੜੀ ਦਾ ਇੱਕ ਹਿੱਸਾ ਆ, ਕਿਉਂਕਿ ਬਿਲਕੁਲ ਇਹੀ ਹੈ ਉਹ ਵਿਚਾਰ, ਵਿਚਾਰ ਉਹਨਾਂ ਦੀ ਚੱਲ ਰਹੀ ਪੁਰਾਣੀ,
ਗਵਰਨਮੈਂਟ ਚੱਲ ਰਹੀ ਸੀ ਵੀ ਕੀ ਕਰਨਾ ਕੀ ਨਹੀਂ ਕਰਨਾ, ਕਦੋਂ ਹੋਣਾ ਸਿਹਰਾ, ਕਦੋਂ ਕਿਹਨੂੰ ਮਿਲਣਾ। ਜਿੱਦਾਂ ਹੁਣ ਇਸ ਵੇਲੇ ਫੈਸਲਾ ਕਾਂਗਰਸ ਦੇ ਹਿਸਾਬ ਨਾਲ ਅਸੀਂ ਸ਼ੁਰੂ ਕੀਤਾ ਸੀ, ਬੀਜੇਪੀ ਨੇ ਇਹਨੂੰ ਸਿਰੇ ਚਾੜਿਆ, ਹੱਕ ਤਾਂ ਬੀਜੇਪੀ ਹੈ ਨਾ, ਚਾਹੇ ਉਹ ਸਾਹਮਣੇ ਆਏ ਜਾਂ ਨਹੀਂ ਆਏ, ਬਿਸਾਈਡ ਪਾਰਲੀਮੈਂਟ ਹਾਊਸ ਏਜੰਡੇ ਤੋਂ, ਫੋਰਨ ਅਫੇਅਰ ਦੇ ਖਾਤੇ ਚੋਂ, ਪੀ ਐੱਮ ਦੇ ਸਾਈਨਾਂ ਤੋਂ ਇਹ ਨਹੀਂ ਹੋ ਸਕਦੇ। ਬਿਲਕੁਲ, ਕਿਉਂਕਿ ਦੋ ਦਵੱਲਾ ਮਾਮਲਾ ਦਵੱਲਾ ਮਾਮਲਾ ਹੈ ਨਾ, ਇਹ ਮਤਲਬ ਕੁਛ ਸਟੇਟ ਦਾ ਮਸਲਾ ਤਾਂ ਨਹੀਂ ਹੈ ਨਾ। ਅਤੇ ਇਸੇ ਕਰਕੇ ਹੁਣ ਜੇ ਇਹੋ ਕ੍ਰੈਡਿਟ ਜਿਹੜਾ ਮਿਲਣਾ ਸੀ ਇਮਰਾਨ ਸਾਹਿਬ ਨੂੰ ਮਿਲਣਾ ਸੀ, ਉਹਨਾਂ ਦੇ ਸਮੇਂ 'ਤੇ ਹੋ ਗਿਆ, ਉਹਨਾਂ ਦੇ ਸਮੇਂ 'ਤੇ ਹੋਇਆ ਉਹਨਾਂ ਨੇ। ਸ਼ੁਕਰ ਆ ਅਕਾਲ ਪੁਰਖ ਦਾ ਵੀ ਜਿਹੜੀ ਇਹ ਲੋਕਾਂ ਦੀ ਚਰੋਕਣੀ ਮੰਗ ਸੀ ਇਹ ਜਿਹੜੀ ਹੈ ਪੂਰੀ ਹੋਈ ਆ। ਜੋ ਇਹ ਕਹਿ ਰਹੇ ਨੇ ਬੜਾ ਇੱਕ ਸੰਤੁਲਿਤ ਜਿਹੜਾ ਕਿ ਇਹਨਾਂ ਦਾ ਇੱਕ ਵਿਊ ਹੈਗਾ ਇਸ ਸਾਰੇ ਬਾਰੇ, ਬਹੁਤ ਸੰਤੁਲਿਤ ਹੈਗਾ ਕਿ ਭਾਈ ਦੇਖੋ ਕੁਛ ਵੀ ਰਿਹਾ ਹੋਵੇ ਇਹਦੇ ਪਿੱਛੇ, ਦੇਖੋ ਮੁੱਦਾ ਦਾ ਮੇਨ ਇਹ ਸਾਡੇ ਵਾਸਤੇ ਤਾਂ ਇਹੀ ਸੀਗਾ ਨਾ ਕਿ ਬਈ ਇਹ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਚਾਹੀਦਾ, ਕਿਉਂਕਿ ਇਹਦੀ ਇੱਕ ਬੜੀ ਵਿਲੱਖਣ ਸਥਿਤੀ ਹੈ ਕਰਤਾਰਪੁਰ ਸਾਹਿਬ ਦੀ, ਬੜੀ ਵਿਲੱਖਣ। ਬਾਕੀ ਦੇ ਗੁਰਧਾਮ ਜਿਹੜੇ ਹੈਗੇ ਹੈ ਉਹਨਾਂ ਨਾਲੋਂ ਵੈਸੇ ਵੀ ਇਹ ਡਿਸਟੈਂਸ ਦੇ ਉੱਤੇ ਹੈ, ਬਿਲਕੁਲ, ਔਰ ਬਿਲਕੁਲ ਸਾਡੇ ਭਾਰਤ ਦੀ ਸਰਹੱਦ ਦੇ ਉੱਤੇ ਹੈ, ਠੀਕ ਹੈ। ਅਤੇ ਇੰਨੀ ਨੇੜੇ ਹੋ ਕੇ ਕਿ ਜਿੱਥੇ ਅਸੀਂ ਦੂਰਬੀਨ ਦੇ ਨਾਲ ਅਸੀਂ ਦੇਖ ਸਕਦੇ ਹਾਂ, ਜਾਂ ਕਈ ਵਾਰੀ ਉਹ ਕਹਿੰਦੇ ਹੈਗੇ ਕਿ ਜੇ ਮੌਸਮ ਦੇ ਲਿਹਾਜ਼ ਨਾਲ ਕਿ ਹਵਾ ਦਾ ਰੁੱਖ ਕੋਈ ਇੱਧਰਲੇ ਪਾਸੇ ਹੋਵੇ ਤਾਂ ਉਸ ਵੇਲੇ ਉੱਥੋਂ ਦੇ ਕੀਰਤਨ ਦੀ ਆਵਾਜ਼ ਸਾਡੇ ਡੇਰਾ ਬਾਬਾ ਨਾਨਕ ਦੇ ਏਰੀਏ 'ਚ ਸੁਣਾਈ ਦਿੰਦੀ ਹੈ। ਤਾਂ ਇੰਨੀ ਨੇੜੇ ਹੋ ਕੇ ਵੀ ਅਸੀਂ ਇਹਦੇ ਤੋਂ ਵਾਂਝੇ ਰਹੇ ਉਹਨਾਂ ਦਰਸ਼ਨਾਂ ਤੋਂ, ਅਤੇ ਉਹ ਚੀਜ਼ ਜਿਹੜੀ ਉਹ ਅੰਦਰ ਸਾਡੇ ਕਸ਼ਿਸ਼ ਸੀ, ਉਹ ਸਿੱਖ ਸੀ ਸਾਡੇ ਅੰਦਰ, ਉਹ ਜਦੋਂ ਪੂਰੀ ਹੋਈ ਹੈ ਤਾਂ ਮਤਲਬ ਵੀ ਖੁਸ਼ੀ ਦਾ ਕੋਈ ਅੰਦਾਜ਼ਾ ਰਹਿਣਾ ਹੀ ਨਹੀਂ ਚਾਹੀਦਾ, ਕੋਈ ਮਤਲਬ ਵੀ ਉਹ ਨਹੀਂ ਹੈਗਾ। ਸੋ ਇਹਨਾਂ ਦਾ ਇੱਕ ਕਹਿਣਾ ਜਿਹੜਾ ਬੜਾ ਬੈਲੈਂਸਡ, ਬੜਾ ਸੰਤੁਲਿਤ ਹੈ ਕਿ ਬਈ ਇਹ ਜੇ ਮਾਮਲਾ ਸਿਰੇ ਚੜਿਆ, ਸੁਪਨਾ ਜਿਹੜਾ ਸਾਕਾਰ ਹੋਇਆ ਤਾਂ ਇਹਦਾ ਜ਼ਰੀਆ ਬਣੀਆਂ ਦੋਹਾਂ ਸਰਕਾਰਾਂ, ਕਿਉਂਕਿ ਦੋਹਾਂ ਸਰਕਾਰਾਂ ਦੇਸ਼ਾਂ ਦੇ ਵਿਚਾਲੇ ਮਾਮਲਾ ਹੈ, ਅਤੇ ਜੇ ਹਿੰਦੁਸਤਾਨ ਦੀ ਸਰਕਾਰ ਨੇ ਨਿਹਾਮੀ ਭਰੀ ਹੈ ਤਾਂ ਪਾਕਿਸਤਾਨ ਉੱਧਰ ਲਈ ਹੈ, ਤਾਂ ਇਹ ਮਾਮਲਾ ਹੋ ਗਿਆ। ਪਰ ਨਾਲ ਦੀ ਨਾਲ ਅਸੀਂ ਇਹਦੇ ਪਿੱਛੇ ਜਿਹੜੀ ਹੈ ਸਾਨੂੰ ਚੌਕੰਨੇ ਚੇਤੰਨ ਜਿਹੜਾ ਹੈਗਾ ਉਹ ਰਹਿਣ ਦੀ ਜ਼ਰੂਰਤ ਜ਼ਰੂਰ ਹੈਗੀ। ਤੁਹਾਡੀ ਗੱਲ 'ਚੋਂ ਹੀ ਗੱਲ ਹੈ, ਚੌਕੰਨੇ ਰਹਿਣ ਦੀ ਬੜੀ ਜ਼ਰੂਰਤ ਹੈ। ਮੈਂ ਇੱਕ ਤੈਨੂੰ ਰੋਕ ਰਿਹਾ, 2000 ਮੇਰਾ ਖਿਆਲ 11-12 ਦੀ ਗੱਲ ਹੈ, ਕੈਪਟਨ ਸਾਹਿਬ ਗਏ ਸੀ ਜਲੰਧਰ, ਠੀਕ ਹੈ, ਅਤੇ ਟਿੱਕਾ ਸਾਹਿਬ ਦੀ ਮੈਨੂੰ ਕਾਲ ਹੈ ਵੀ ਤੁਸੀਂ ਆਓ ਵੀ ਆਪਾਂ ਇਹਨਾਂ ਨੂੰ ਮਿਲਣਾ। ਉਹਨੇ ਪਹਿਲਾਂ ਪੁੱਛਿਆ ਵੀ ਟੀਨ ਸਾਹਿਬ ਕੀ ਗੱਲ ਚਾਹੀਦੀ ਹੈ, ਮੈਂ ਕਿਹਾ ਜੀ ਵੀ ਇਸ ਮੁੱਦੇ ਲਿਆਏ ਹਾਂ, ਦੱਸੋ ਕੀ ਕਰ ਸਕਦੇ ਆਪਾਂ। ਕਹਿੰਦਾ ਜੀ ਮੇਰੀ ਜੇਨ 'ਚ ਹੈ, ਮੈਂ ਕਾਫੀ ਦੇਰ ਤੋਂ ਇਹਦੇ ਉੱਤੇ ਲੱਗੇ ਹਾਂ, ਵੀ ਜਦੋਂ ਅਨੁਕੂਲ ਸਮਾਂ ਬਣਿਆ ਅਸੀਂ ਜ਼ਰੂਰ ਕਰਾਂਗੇ। ਮੇਰਾ ਖਿਆਲ ਤੈਨੂੰ ਯਾਦ ਹੋਊਗਾ ਇਸ ਗੱਲ ਦਾ, ਕਿਉਂ ਸਿਰਫ ਲਿਫਟ ਦੇ ਥੱਲੇ ਗੱਲ ਹੋਈ ਸਾਡੀ ਉਹਨਾਂ ਨਾਲ, ਅਤੇ 2010 ਦੀ ਗੱਲ, 10-11 ਦੀ, ਉਦੋਂ ਇਲੈਕਸ਼ਨ ਹੋਣ ਵਾਲੀ ਸੀ, ਠੀਕ ਹੈ, ਅਤੇ ਸਰਕਾਰ 'ਚ ਨਹੀਂ ਸੀਗੇ ਉਦੋਂ, ਇਲੈਕਸ਼ਨ ਹੋਣ ਵਾਲੀ ਸੀ ਕਿੰਨੇ ਸਾਲ ਦੀ, ਅੱਛਾ ਅੱਛਾ, ਇਲੈਕਸ਼ਨ ਹੋਣ ਵਾਲੀ ਸੀ, ਠੀਕ ਹੈ, 2012 'ਚ ਪੰਜਾਬ ਦਾ ਅਸੈਂਬਲੀ ਦਾ 11 ਦੀ ਗੱਲ, ਠੀਕ ਹੈ। ਅਤੇ ਉਹ ਕਹਿੰਦੇ ਵੀ ਸਾਡੇ ਜੇਨ 'ਚ ਆ ਗੱਲ ਮੇਰੀ ਸਾਰੇ ਪਾਸੇ ਹੋ ਰਹੀ ਆ, ਪਰ ਕਦੋਂ ਅਨੁਕੂਲ ਸਮਾਂ ਆਉਂਦਾ ਇਹ ਬਤਾਤਾ ਜਾਂਦਾ। ਹੁਣ ਮੈਨੂੰ ਇਹ ਪਤਾ ਨਹੀਂ ਵੀ ਉਹਨੀ ਇਹ ਲਫ਼ਜ਼ 'ਚ ਬਣਾਏ ਤਾਂ ਨਹੀਂ ਲੱਗਦੇ, ਕਿਉਂ ਐਡੀ ਸ਼ਖਸੀਅਤ ਨੂੰ ਲਫ਼ਜ਼ ਬਣਾਉਣੇ ਕੋਈ ਚੰਗੇ ਨਹੀਂ ਲੱਗਦੇ, ਉਹਨੇ ਅਸਲੀਅਤ 'ਤੇ ਵਰਕ ਕੀਤਾ ਤਾਂ ਇਹ ਗੱਲਾਂ ਉਹਨਾਂ ਦੀਆਂ ਜਿਹੜੀਆਂ ਸਰੀ ਚੜੀ। ਬਕਾਇਦਾ ਇਹਦੇ 'ਚ ਢੀਂਸਾ ਸਾਹਿਬ, ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਵੀ 2010 'ਚ ਤੁਸੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਹੈ, ਦੂਸਰੇ ਹੋਰ ਆ, ਉਹਨਾਂ ਨੂੰ ਵੀ ਤੁਸੀਂ ਰੀਪ੍ਰਜੈਂਟੇਸ਼ਨ ਦਿੱਤੀ ਆ ਲਿਖਤੀ ਰੂਪ ਦੇ ਵਿੱਚ। ਇੱਥੋਂ ਤੱਕ ਮੈਨੂੰ ਤਾਂ ਸ਼ਾਇਦ ਇਹ ਵੀ ਪਤਾ ਲੱਗਿਆ ਵੀ ਤੁਸੀਂ ਰਾਹੁਲ ਗਾਂਧੀ ਹੋਰਾਂ ਨੂੰ ਵੀ ਮਿਲੇ ਸੀ। ਹਾਂਜੀ, ਅਸੀਂ ਮਿਲੇ ਸੀ, ਸਾਨੂੰ ਉਹਨੇ 10 ਕੁ ਮਿੰਟ ਦਾ ਸਮਾਂ ਦਿੱਤਾ ਸੀ, ਟਿੱਕਾ ਸਾਹਿਬ ਨਾਲ ਸੀ, ਅਸੀਂ ਉਹਨੂੰ ਗਏ ਸੀ, ਉਹਨਾਂ ਨੂੰ ਮਿਲੇ ਸੀ, ਉਹਨਾਂ ਨੂੰ ਦੱਸਿਆ। ਟਿੱਕਾ ਸਾਹਿਬ ਜੀ, ਅਮਰਜੀਤ ਸਿੰਘ ਟਿੱਕਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਜੀ ਜੀ, ਅਤੇ ਤੁਹਾਡੇ ਯੂਨਾਈਟਡ ਸਿੱਖ ਮਿਸ਼ਨ ਦੇ ਉਹ ਕੋਆਰਡੀਨੇਟਰ ਵੀ ਨੇ ਇੱਥੇ, ਇੰਡੀਆ ਦੇ ਕੋਆਰਡੀਨੇਟਰ, ਇੰਡੀਆ ਦੇ ਕੋਆਰਡੀਨੇਟਰ, ਅਤੇ ਇਹਨਾਂ ਦੇ ਸਦਕੇ ਹੀ ਅਸੀਂ ਉੱਥੇ ਪਹੁੰਚੇ ਸੀ। ਅਤੇ ਇਹਨਾਂ ਨੇ ਰਾਹੁਲ ਸਾਹਿਬ ਨੂੰ ਮਿਲੇ ਸੀ,
ਪਨਾਹ ਮੁਖਸ਼ੀ ਨਹੀਂ ਸੀ ਮਿਲੇ ਕਿਉਂਕਿ ਉਹਨਾਂ ਦੀ ਲਾਈਨ ਬਹੁਤ ਵੱਡੀ ਸੀ ਅਤੇ ਅਸੀਂ ਕਿਤੇ ਜਾਣਾ ਸੀ। ਉਹ ਤੋਂ ਬਾਅਦ ਵਾਇਲ ਰਵੀ ਸਾਹਿਬ ਜਿਹੜੇ ਫੋਰਨ ਅਫੇਅਰ ਦੇ ਸੀ ਉਦੋਂ ਸੀ, ਉਹਨਾਂ ਨਾਲ ਸਾਡੀ ਇਸ ਵਿਸ਼ੇ 'ਤੇ ਗੱਲਬਾਤ ਹੋਈ, ਪਰ ਅਨਫਾਰਚੂਨੇਟਲੀ ਕਿਸੇ ਕਾਰਨ ਕਰਕੇ ਉਹ ਸਿਰੇ ਨਹੀਂ ਚੜ੍ਹ ਸਕੀ। ਪਰ ਇਹ ਜਿਹੜੀ ਗੱਲ ਏਡੀ ਛੋਟੀ ਵੀ ਨਹੀਂ, ਦੋ ਦੇਸ਼ਾਂ ਦੀ ਸੰਧੀ ਆ, ਹੁੰਦਿਆਂ ਨੂੰ ਕਾਫੀ ਟਾਈਮ ਨਿਕਲ ਜਾਂਦਾ। ਰਾਜੂ ਜੀ, ਤੁਹਾਡੇ ਕੋਲੋਂ ਮੈਂ ਇੱਕ ਸਵਾਲ ਜਾਣਾਂਗਾ, ਕਿਉਂਕਿ ਗੱਲ ਚੱਲੀ ਹੈ ਦੋਹੇ ਸਰਕਾਰਾਂ ਦੀ ਚੱਲੀ ਹੈ, ਦੋ ਮੁਲਕਾਂ ਦੀ ਗੱਲ ਚੱਲੀ ਹੈ ਕਿ ਦੋ ਮੁਲਕਾਂ ਦੀ ਸਹਿਮਤੀ ਹੋਈ ਹੈ। ਅਹਿਮ ਗੱਲ ਸਾਹਮਣੇ ਆਉਂਦੀ ਹੈ ਕਿ ਪਾਕਿਸਤਾਨ ਨੀਂਹ ਪੱਥਰ ਰੱਖ ਦਿੰਦਾ। ਨੀਂਹ ਪੱਥਰ ਰੱਖਣ ਤੋਂ ਦੂਸਰੇ ਦਿਨ ਹੀ ਪਾਕਿਸਤਾਨ ਦੇ ਜੋ ਫੋਰਨ ਮਿਨਿਸਟਰ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਇਮਰਾਨ ਖਾਨ ਨੇ ਗੁਗਲੀ ਖੇਡਤੀ ਕਰਤਾਰਪੁਰ ਲਾਂਘੇ। ਇਹ ਬੜੀ ਮਜ਼ੇਦਾਰ ਗੱਲ ਹੈ। ਇਹ ਜਿਹੜੀ ਹੁਣ ਆਈ ਹੈ, ਉਹਨਾਂ ਦੇ ਫੋਰਨ ਮਿਨਿਸਟਰ ਜਿਹੜੇ ਹੈ ਉਹਨਾਂ ਨੇ ਪਾਕਿਸਤਾਨ ਦੇ ਇੱਕ ਫੰਕਸ਼ਨ ਦੇ ਵਿੱਚ ਸਮਾਰੋਹ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਵੀ ਇਹ ਜਿਹੜਾ ਨੀਂਹ ਪੱਥਰ ਰੱਖਣਾ ਇਹ ਇਮਰਾਨ ਖਾਨ ਦੀ ਗੁਗਲੀ ਹੈ, ਠੀਕ ਹੈ ਜੀ, ਔਰ ਇਹਨੇ ਮਜਬੂਰ ਕਰ ਦਿੱਤਾ। ਮਤਲਬ ਇਹ ਗੁਗਲੀ ਦਾ ਮਤਲਬ ਕ੍ਰਿਕਟ ਦੀ ਭਾਸ਼ਾ ਦੇ ਵਿੱਚ ਇੱਕ ਕਿਸਮ ਦੀ ਗੇਂਦ ਹੁੰਦੀ ਹੈ। ਗੇਂਦ ਉਹ ਹੁੰਦੀ ਹੈ ਜਿਹਨੂੰ ਜਿਹੜਾ ਸਪਿਨਰ ਹੈਗਾ, ਬੋਲਰ ਹੈਗਾ, ਉਹ ਜਦੋਂ ਗੇਂਦ ਕਰਦਾ ਤਾਂ ਜਿਹੜਾ ਬੱਲੇਬਾਜ਼ ਉਹਨੂੰ ਲੱਗਦਾ ਵੀ ਇਹ ਗੇਂਦ ਟੱਪਾ ਪੈ ਕੇ ਅਤੇ ਸੱਜੇ ਪਾਸੇ ਨਿਕਲੂ, ਠੀਕ ਹੈ ਜੀ, ਤਾਂ ਉਹ ਜਿਹੜੀ ਹੈ ਗੇਂਦ ਟੱਪਾ ਪਾ ਕੇ ਅਤੇ ਖੱਬੇ ਪਾਸੇ ਨੂੰ ਆਉਂਦੀ ਹੈ, ਬੈਟਸਮੈਨ ਬੱਲੇਬਾਜ਼ ਵਾਲੇ ਪਾਸੇ ਨੂੰ ਆਉਂਦੀ ਹੈ, ਅਤੇ ਉਹ ਕਲੀਨ ਬੋਲਡ ਵੀ ਹੋ ਸਕਦਾ। ਇਹ ਇੱਕ ਬੜੀ ਖਤਰਨਾਕ ਕਿਸਮ ਦੀ ਗੇਂਦ ਹੈਗੀ ਹੈ, ਠੀਕ ਹੈ। ਤਾਂ ਉਸ ਹਵਾਲੇ ਨਾਲ ਉਹਨਾਂ ਨੇ ਕ੍ਰਿਕਟ ਦੀ ਇੱਕ ਟਰਮ ਜਿਹੜੀ ਹੈ ਉਹ ਇਸਤੇਮਾਲ ਕੀਤੀ ਉਹਨਾਂ ਨੇ, ਤਾਂ ਉਹਦਾ ਮਤਲਬ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਜੋ ਸਾਡੇ ਮੀਡੀਆ ਦੇ ਵਿੱਚ ਛਪਿਆ ਹੈਗਾ, ਉਹ ਇਹ ਹੈਗਾ ਕਿ ਵੀ ਇਹਨਾਂ ਨੇ ਕਿਹਾ ਕਿ ਵੀ ਇਹ ਗੋਲੀ ਸੀਗੀ, ਵੀ ਉਹਨਾਂ ਨੇ ਉਹ ਹਿੰਦੁਸਤਾਨ ਜਿਹੜਾ ਕਿ ਕੁਛ ਸਮਾਂ ਪਹਿਲਾਂ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ, ਉਹ ਮਜਬੂਰ ਹੋ ਗਿਆ ਆਪਣੇ ਦੋ ਮੰਤਰੀ ਭੇਜਣ ਲਈ, ਤਾਂ ਉਹ ਉਹਨਾਂ ਨੇ ਕਿਹਾ ਵੀ ਇਹ ਹਿੰਦੁਸਤਾਨ ਗੱਲਬਾਤ ਕਰਨ ਲਈ ਮਜਬੂਰ ਹੋ ਗਿਆ, ਇਹ ਉਹਨਾਂ ਨੇ ਗੱਲ ਕੀਤੀ ਹੈਗੀ। ਤਾਂ ਇੱਥੇ ਮੈਂ ਕਹੂੰਗਾ ਕਿ ਦੇਖੋ, ਜਿਹੜੀ ਪਹਿਲਾਂ ਆਪਾਂ ਗੱਲ ਰਾਜਨੀਤੀ ਦੀ ਗੱਲ ਕਰਦੇ ਹਾਂ, ਤਾਂ ਫੋਰਨ ਮਿਨਿਸਟਰ ਪਾਕਿਸਤਾਨ ਦਾ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਇਹ ਕਹਿ ਰਿਹਾ ਹੈਗਾ ਕਿ ਬਈ ਇਹ ਗੁਗਲੀ ਹੈ, ਤਾਂ ਇਹ ਸ਼ਰੇਆਮ ਰਾਜਨੀਤੀ ਹੈ, ਇਹ ਕੂਟਨੀਤੀ ਹੈ ਜੇ ਉਹ ਕਹਿ ਰਿਹਾ ਹੈਗਾ। ਯਾਨੀ ਕਿ ਮੈਂ ਬਿਲਕੁਲ ਬਤੌਰ ਇੱਕ ਪੱਤਰਕਾਰ ਦੇ ਮੈਂ ਇਹ ਗੱਲ ਮੰਨ ਰਿਹਾ ਔਰ ਕਹਿ ਰਿਹਾ ਕਿ ਕਰਤਾਰਪੁਰ ਲਾਂਘੇ ਦਾ ਜਿਹੜਾ ਮੁੱਦਾ ਹੈ ਇਹਦੇ 'ਤੇ ਪਾਕਿਸਤਾਨ ਦੀ ਪਹਿਲ, ਉਹਨਾਂ ਨੇ ਹਿੰਦੁਸਤਾਨ ਨੂੰ ਇੱਕ ਕੂਟਨੀਤਿਕ ਮਾਤ ਦਿੱਤੀ ਹੈ। ਇਹ ਕਿਉਂ ਕੀਤਾ ਪਾਕਿਸਤਾਨ ਨੇ, ਇਹਦੇ ਪਿੱਛੇ ਕੀ ਸਟ੍ਰੈਟਜੀ ਹੈਗੀ ਹੈ, ਠੀਕ ਹੈ ਜੀ, ਇਸ 'ਤੇ ਤਾਂ ਆਪਾਂ ਬਾਅਦ 'ਚ ਗੱਲ। ਮੈਂ ਇਸ ਤੋਂ ਪਹਿਲਾਂ ਢੀਂਡਸਾ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ ਢੀਂਡਸਾ ਸਾਹਿਬ, ਪਾਕਿਸਤਾਨ ਦੇ ਵਿੱਚ ਜਦੋਂ ਤੁਹਾਡੇ ਨੁਮਾਇੰਦੇ ਗਏ ਨੇ, ਤੁਸੀਂ ਆਪ ਵੀ ਗਏ ਨੇ, ਤਾਂ ਉਸ ਵੇਲੇ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਨੇ, ਕਿਉਂਕਿ ਆਪਾਂ ਇਹ ਇਤਿਹਾਸ ਦੱਸਦਾ ਹੈਗਾ ਅੱਜ ਵੀ ਹੈਗਾ ਕਿ ਬਾਬਾ ਨਾਨਕ ਨੂੰ ਤਾਂ ਪਾਕਿਸਤਾਨ ਦੇ ਮੁਸਲਮਾਨ ਵੀ ਇੱਕ ਪੀਰ ਦੇ ਤੌਰ ਦੇ ਉੱਤੇ ਉਹਨਾਂ ਦੀ ਮੰਨਤ ਹੈਗੀ ਔਰ ਬੜਾ ਇੱਜ਼ਤ ਇਹਤਰਾਮ ਕਰਦੇ ਨੇ, ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ? ਕਿਸ ਕਿਸਮ ਦਾ ਤਾਂ ਭਾਈ ਗੁਰਦਾਸ ਜੀ ਲੈ ਗਏ ਆ, ਗੁਰੂ ਨਾਨਕ ਬਾਬਾ ਜਹਰ ਪੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ, ਇਸੇ ਹੀ ਹਿਸਾਬ ਦੇ ਨਾਲ ਜਿਹੜੀਆਂ ਉੱਥੇ ਦੋ ਚੀਜ਼ਾਂ ਬਣੀਆਂ ਹੋਈਆਂ, ਇੱਕ ਉਹਨੇ ਮਜ਼ਾਰ ਬਣੀ ਆ ਉਸੇ ਬਗਲ ਦੇ ਵਿੱਚ, ਇੱਕ ਪਾਸੇ ਅੰਗੀਠਾ ਸਾਹਿਬ ਬਣੇ ਆ, ਕਿਉਂ ਗੁਰੂ ਨਾਨਕ ਸਾਹਿਬ ਮਾਨਤਾ ਲਈ ਸੀ, ਨਾ ਕਿ ਕਿਸੇ ਵਿਸ਼ੇਸ਼ ਵਿਅਕਤੀਗਤ ਲਈ। ਕਿਉਂ ਸਾਰੀ ਦੁਨੀਆਂ ਨੂੰ ਜੋ ਉਹਨਾਂ ਦਾ ਜਦ ਕਹਿ ਦਿੱਤਾ ਵੀ ਸੱਭਿਅਸਥਾਨ ਜੀ ਵਾਸਦਾਨ ਪੋਇੰਦ ਸੇਵਾ ਰਾਜੀ, ਉਹ ਮਾਨਸ ਕੀ ਜਾ ਸਕਦੇ ਕਿ ਪੰਜਾਬ ਨੂੰ, ਇਹ ਤਾਂ ਹੀ ਹੋ ਸਕਦਾ ਹੈ ਜੇ ਬੰਦਾ ਆਪਣਾ ਲੈਵਲ ਉਹਦਾ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਉੱਚਾ ਹੋਵੇ। ਕਿਉਂ ਗੁਰੂ ਨਾਨਕ ਸਾਹਿਬ ਨੂੰ ਉਹ ਸਾਰੇ ਹੀ ਲੋਕ ਆਪਣਾ ਪੀਰ ਮੰਨਦੇ ਆ। ਤਕਰੀਬਨ ਜਿਹੜਾ ਕਰਤਾਰਪੁਰ ਸਾਹਿਬ ਨਾਰੋਵਾਲ ਦਾ ਆਲਾ ਦੁਆਲਾ ਇੱਕ ਆਇਆ, ਤੁਸੀਂ ਦੇਖੋਗੇ ਉੱਥੇ ਸਿੱਖ ਤਾਂ ਹੈ ਨਹੀਂ ਗੇ,
ਲੇਕਿਨ ਆਜ਼ਾਦੀ ਤੋਂ ਪਹਿਲਾਂ 70 ਸਾਲ ਪਹਿਲਾਂ ਦੀ ਗੱਲ ਹੈ ਤਾਂ ਪਹਿਲਾਂ ਤਾਂ ਆਪਣੇ ਪੰਜਾਬੀ ਸਿੱਖ ਵੱਸੋਂ ਬਹੁਤ ਸੀਗੀ ਉੱਥੇ। ਹੁਣ ਵੀ ਜਿਹੜੇ ਆ ਆਮ ਜ਼ਿਆਦਾ ਜ਼ਿਆਦਾਤਰ ਜਿਹੜੇ ਲੋਕ ਆ ਉਹ ਨਾਰੋਵਾਲ ਏਰੀਏ ਦੇ ਉੱਥੇ ਮਜਾਤ ਦੀਵਾ ਜਗਾਉਣ ਆਉਂਦੇ ਆ। ਅੱਛਾ, ਹੁਣ ਵੀ ਆਉਂਦੇ ਆ। ਗੱਲ ਤਾਂ ਉਹੀ ਆ ਵੀ ਜਦੋਂ ਇਹ ਕਿਸੇ ਇਹ ਏਡੀ ਸੋਚ ਵਾਲੇ ਬੰਦੇ ਲਈ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਖਿਆਲ ਸਾਡਾ ਜਿਹੜਾ ਜੀਅ ਛੋਟਾ ਪੈ ਜਾਂਦਾ। ਬਿਲਕੁਲ ਬਿਲਕੁਲ ਠੀਕ। ਹਾਂ, ਬਾਕੀ ਭਾਈਚਾਰਾ ਜਿਹੜਾ ਹੁਣ ਪਿੱਛੇ ਸ਼ੁਰੂ ਨਹੀਂ ਕੀਤਾ ਸੀ ਵੀ ਗੁਰੂ ਨਾਨਕ ਯੂਨੀਵਰਸਿਟੀ ਬਣਾਉਣੀ ਹੈ, ਠੀਕ ਹੈ, ਜ਼ਮੀਨ ਸਿੱਖਾਂ ਦੀ ਹੈ, ਪੈਸਾ ਵੀ ਸਿੱਖਾਂ ਦਾ, ਪਰ ਘੱਟੋ ਘੱਟ ਉਸ ਨਾਂ 'ਤੇ ਬਣਾ ਰਹੇ ਆ ਜਿੱਥੇ ਸਾਡੀ ਕੋਈ ਪਾਵਰ ਨਹੀਂ। ਬਿਲਕੁਲ, ਭਾਈਚਾਰਾ ਤਾਂ ਕਾਇਮ ਰੱਖ ਰਹੇ ਨਾ, ਉਹ ਵਿਦੇਸ਼ੀ ਧਰਤੀ 'ਤੇ ਬਣਾ ਰਹੇ ਆ। ਦੇਖੋ, ਸਾਡਾ ਪਿਆਰ ਤਾਂ ਸਾਰਾ ਨਹੀਂ ਥਾ, ਨਾ ਸਾਡਾ ਕੋਈ ਇੱਥੇ ਕਿਸੇ ਨਾਲ ਦੂਜੇ ਅਤੇ ਨਾ ਉੱਥੇ ਦੂਜੇ। ਕਿਉਂ ਜੇ ਅਸੀਂ ਆਮ ਲੋਕਾਂ ਨੂੰ ਇਹ ਪ੍ਰਚਾਰਿਆ ਜਾਂਦਾ ਵੀ ਜਿਹੜੀ ਹੁਣ ਗੌਰਮੈਂਟ ਆ ਇਹ ਇਸ ਕਰਕੇ ਨਹੀਂ ਬਣਾਉਣਾ ਸਿੱਖ ਐਂਟੀ ਹੈ, ਪਰ ਜੋ ਐਂਟੀ ਹੁੰਦੇ ਤਾਂ ਬਣਾਉਣ ਦੀ ਲੋੜ ਨਹੀਂ ਸੀ ਉਹਨਾਂ ਨੂੰ, ਕਿਸੇ ਦੇ ਸਾਫ਼ ਨਹੀਂ ਬਣਾਉਣਾ, ਠੀਕ ਹੈ, ਉਹਨਾਂ ਦੇ ਕੁਛ ਆਪਣੇ ਏਜੰਡੇ ਹੋਣਗੇ। ਰਾਜੂ ਜੀ, ਇਸੇ ਦੇ ਉੱਤੇ ਦੱਸ ਦਿਓ, ਜਾਂਦੇ ਜਾਂਦੇ ਕਿ ਸਿਆਸਤ ਲਾਂਘੇ ਦੇ ਉੱਤੇ ਕਿੰਨਾ ਚਿਰ ਹੋਰ ਵੱਧ ਸਕਦੀ ਹੈ ਸਿਆਸਤ? ਦੇਖੋ, ਸਿਆਸਤ ਤਾਂ ਸਾਡੇ ਹੋ ਰਹੀ ਹੈ, ਪਾਕਿਸਤਾਨ 'ਚ ਵੀ ਹੋ ਰਹੀ ਹੈ, ਲੇਕਿਨ ਉਸ ਕਿਸਮ ਦਾ ਨਹੀਂ, ਆਪਾਂ ਟਿੱਪਣੀ ਇਹਦੇ 'ਤੇ ਕਰੀਏ ਆਪਣੇ 'ਤੇ। ਜਿਹੜੀ ਸਾਡੇ ਸਿਆਸਤ ਹੋ ਰਹੀ ਹੈ ਨਾ, ਸਾਡੇ ਸਿਆਸਤ ਨਾ ਸਿਰਫ ਕਰਤਾਰਪੁਰ ਸਾਹਿਬ ਦਾ ਲਾਂਘਾ ਬਲਕਿ ਹੋਰ ਵੀ ਮੁੱਦੇ, ਇਹ ਉਦੋਂ ਤੀਕਰ ਹੋਊਗੀ 2019 ਦੇ ਇਲੈਕਸ਼ਨਾਂ ਤੱਕ ਹੋਊਗੀ, ਇਹ ਸਿਆਸਤ 'ਤੇ ਚੱਲੂਗੀ। ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਵੀ ਸਿਆਸਤ ਇਹ 2019 ਦੇ ਇਲੈਕਸ਼ਨਾਂ ਤੱਕ ਹੋਊਗੀ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ, ਮੈਂ ਸਾਡੇ ਜੋ ਐਕਸਪਰਟਸ ਨੇ, ਸਾਡੇ ਮਹਿਮਾਨ ਨੇ, ਇਹਨਾਂ ਦਾ ਕਰਨਾ ਚਾਹੁੰਦਾ, ਬਹੁਤ ਹੀ ਵਿਸਥਾਰ ਨਾਲ ਇਹਨਾਂ ਨੇ ਗੱਲਾਂ ਦੱਸੀਆਂ, ਅਤੇ ਅਸੀਂ ਨਵਾਂ ਇੱਕ ਪ੍ਰੋਗਰਾਮ ਦੇ ਵਿੱਚ ਨਵੀਆਂ ਸ਼ਖਸੀਅਤਾਂ ਨੂੰ ਲੈ ਕੇ ਇੱਕ ਨਵੇਂ ਮੁੱਦੇ ਦੇ ਉੱਤੇ ਤਰਕ ਦੇ ਆਧਾਰ 'ਤੇ ਗੱਲ ਕਰਨ ਲਈ ਫਿਰ ਤੋਂ ਹਾਜ਼ਰ ਹੋਵਾਂਗੇ। ਜਦ ਤੱਕ ਲਈ ਮੈਨੂੰ ਯਾਦਵਿੰਦਰ ਸਿੰਘ ਤੂਰ ਨੂੰ ਦਿਓ ਇਜਾਜ਼ਤ, ਧੰਨਵਾਦ।